जी खालसा वाहिगुरु जी की फतेह। अज पिंड सुर सिंह वाला दे जो किसान भरावां ने जो अबानी अडानी मोदी जो इन्हां दे विरोध विच जियो दा टावर पिंड सुर सिंह वाला दे लोहगढ़ वाली पैली दे विच लगाया होया सी ਉਹ ਕਿਸਾਨਾਂ ਨੇ ਆਪਣਾ ਇਹਨਾਂ ਦਾ ਮੋਦੀ ਬਾਣੀ ਡਾਣੀ ਦਾ ਵਿਰੋਧ ਕਰਦੇ ਹੋਏ ਉਸ ਟਾਵਰ ਦਾ ਕਨੈਕਸ਼ਨ ਕੱਢ ਦਿੱਤਾ ਹੋਇਆ ਹੈ, ਉਸ ਦਾ ਫੁੱਲ ਪੂਰਨ ਬਾਈਕਾਟ ਕੀਤਾ ਹੋਇਆ ਹੈ। ਇਹ ਸਾਰੇ ਜੋ ਇਸ ਟਾਈਮ ਕਿਸਾਨ ਨੇ ਇਹ ਇਸ ਟਾਈਮ ਜੋ ਖੜ੍ਹੇ ਨੇ ਇਹ ਇਸ ਦਾ ਟਾਵਰ ਬੰਦ ਕਰਕੇ ਜਾ ਰਹੇ ਨੇ। ਜੋ ਵੀ ਇਸ ਨੂੰ ਚਲਾਉਣ ਆਵੇ ਪਹਿਲਾਂ ਉਹ ਇਹ ਕਿਸਾਨਾਂ ਦੀ ਰਾਏ ਨਾਲ ਹੀ ਚੱਲੇਗਾ, ਹੁਣ ਇੱਥੇ ਨਹੀਂ ਚੱਲੇਗਾ। ਇਸ ਤੋਂ ਅੱਗੇ ਜੋ ਵੀ ਸੰਬੋਧਨ ਕਰਨਗੇ ਸਾਡੇ ਮੀਰੀ ਪੀਰ ਵੈਲਫੇਅਰ ਸੈਰੀ ਦੇ ਪ੍ਰਧਾਨ ਰਣਜੀਤ ਸਿੰਘ ਜੀ ਉਹ 2 ਮਿੰਟ ਲਈ ਆਪ ਨੂੰ ਕਰਨਗੇ। ਲਓ ਜੀ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੇਂਦਰ ਸਰਕਾਰ ਦੇ ਜੋ ਕਾਲੇ ਕਾਨੂੰਨ ਥੋਪੇ ਗਏ ਆ ਕਿਸਾਨਾਂ 'ਤੇ ਉਹਨਾਂ ਦੇ ਵਿਰੋਧ ਵਿੱਚ ਅਸੀਂ ਸਮੂਹ ਲੋਹਗੜ ਪਿੰਡ ਅਤੇ ਸੁਰ ਸਿੰਘ ਵਾਲਾ ਸੰਗਤ ਨੇ ਜੋ ਜੀਓ ਦਾ ਅਡਾਨੀ ਦਾ ਅੰਬਾਨੀ ਦਾ ਇਹ ਟਾਵਰ ਸੀ ਇਹਦੇ ਸਾਰਿਆਂ ਨੇ ਪੋਰਟ ਸਿੰਮਾਂ ਤਾਂ ਪੋਰਟ ਕਰ ਹੀ ਲਈਆਂ ਸੀ ਔਰ ਇਹਨਾਂ ਇਹਦਾ ਜਿਹੜਾ ਇਹਨਾਂ ਦਾ ਟਾਵਰ ਆ ਉਹਦਾ ਵੀ ਅਸੀਂ ਕਨੈਕਸ਼ਨ ਕੱਟ ਦਿੱਤਾ ਹੈ ਅਤੇ ਉਹ ਵੀ ਬੰਦ ਹੋ ਗਿਆ ਹੈ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਏਰੀਏ ਦੇ ਜਿਹੜੇ ਜੀਓ ਟਾਵਰ ਆ ਕੋਸ਼ਿਸ਼ ਕਰੋ ਕਿ ਸਾਰਿਆਂ ਦੀ ਜਿਹੜੀਆਂ ਸਵਿੱਚਾਂ ਕੱਟ ਦਿੱਤੀਆਂ ਜਾਣ ਅਤੇ ਔਰ ਉੱਪਰ ਤਾਂ ਹੀ ਸਭ ਉਹਨਾਂ ਨੂੰ ਫਿਕਰ ਪਵੇ ਅਤੇ ਛੇਤੀ ਮੋਦੀ ਨੂੰ ਵੀ ਫਿਕਰ ਪਵੇ ਕਿ ਕਾਲੇ ਕਾਨੂੰਨ ਜਿਹੜੇ ਇਹ ਵਾਪਸ ਲੈਣੇ ਪੈਣਗੇ ਅਤੇ ਇਸ ਤਰ੍ਹਾਂ ਇਸ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੋਊਗਾ। ਕੋਈ ਹੋਰ ਬੋਲੇ ਕਿਸਾਨ ਯੂਨੀਅਨ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਚਲੋ ਜੀ।